ਵਾਲਕਮ ਜੀ ਸਾਰਿਆਂ ਨੂੰ ਪ੍ਰਣਾਮ ਸਤਿ ਸ੍ਰੀ ਅਕਾਲ ਨਮਸਤੇ ਔਰ ਸਭ ਠੀਕ ਹੋ ਤੁਸੀਂ ਮੈਂ ਭੁਪਿੰਦਰ ਕਮਨ ਸ਼ਰਮਾ ਲੁਧਿਆਣਾ ਤੋਂ ਪੰਜਾਬ ਚੜ੍ਹਦਾ ਪੰਜਾਬ ਤੋਂ ਤੇ ਮੈਂ ਪਿਛਲੇ ਦਿਨੀ 7 ਮਾਰਚ 2022 ਨੂੰ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਯਾਤਰਾ ਕਰਕੇ ਆਇਆ ਔਰ ਅਸੀਂ ਇੱਥੋਂ ਲੁਧਿਆਣਾ ਤੋਂ 8 ਮੈਂਬਰ ਗਏ ਸੀਗੇ ਕਰਦੇ ਤੇ ਚਾਰ ਸਾਡੇ ਕੁੜਮ ਸਿੰਘ ਦਿੱਲੀ ਤੋਂ ਬੇਟੇ ਦੇ ਸੋਹਰਿਆਂ ਵੱਲੋਂ ਤੇ ਚਾਰ ਅਸੀਂ ਇੱਥੋਂ ਸੀ ਲੁਧਿਆਣੇ ਤੋਂ ਤੇ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਚਾਹ ਸੀ ਪਾਕਿਸਤਾਨ ਸ਼੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਦਾ ਔਰ ਬਹੁਤ ਹੀ ਦੇਰ ਤੋਂ ਇਹ ਇੱਛਾ ਸੀ ਕਿ ਕਿ ਅਸੀਂ ਕਿਹੜੇ ਵੇਲੇ ਉੱਥੇ ਚਲੇ ਜਾਈਏ ਤੇ ਉੱਥੇ ਅਸੀਂ ਹੁਣ ਜਾ ਕੇ ਆਏ ਹਾਂ 7 ਮਾਰਚ ਨੂੰ ਸਵੇਰੇ ਅਸੀਂ ਗਏ ਸੀ ਕੋਈ 6 ਵਜੇ ਸਵੇਰੇ ਚਲੇ ਸੀ ਲੁਧਿਆਣੇ ਤੋਂ ਤੇ ਅਸੀਂ ਸ਼ਾਮ ਨੂੰ ਵਾਪਸ ਆ ਗਏ ਸੀ ਤੇ ਉਸ ਯਾਤਰਾ ਦੇ ਬਾਰੇ ਮੈਂ ਤੁਹਾਨੂੰ ਸਾਰੇ ਤੁਹਾਨੂੰ ਦੱਸਣਾ ਚਾਹਨਾ ਕਿ ਕਿਸ ਤਰ੍ਹਾਂ ਦੀ ਸਾਡੀ ਯਾਤਰਾ ਰਹੀ ਹੈ ਔਰ ਇਸ ਉੱਤੇ ਜਿਹੜੇ ਸਾਡੇ ਮਨਾਂ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਕੋਈ ਫਰਕ ਹੈ ਕਿ ਉੱਥੇ ਇਸ ਤਰ੍ਹਾਂ ਹੈ ਪਾਕਿਸਤਾਨ ਨਾ ਜਾਓ ਪਾਕਿਸਤਾਨ ਨੂੰ ਫੋਨ ਨਾ ਕਰੋ ਪਾਕਿਸਤਾਨ ਇਹ ਨਾ ਕਰੋ ਉਹ ਨਾ ਕਰੋ ਉਹ ਸਾਰੇ ਇਸ ਮੈਂ ਵੀਡੀਓ ਵਿੱਚ ਤੁਹਾਨੂੰ ਦੱਸਣਾ ਜਾਵਾਂਗਾ ਆਪਣਾ ਤਜਰਬਾ ਉੱਥੋਂ ਦਾ ਆਪਣੀ ਯਾਤਰਾ ਦਾ ਅੱਖੀਂ ਦੇਖਿਆ ਹਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਸਾਂਝਾ ਕਰਨਾ ਚਾਹਨਾ ਤੁਹਾਡੇ ਨਾਲ ਤਾਂ ਕਿ ਜਦੋਂ ਤੁਸੀਂ ਵੀ ਜਾਓ ਤੇ ਤੁਹਾਡੇ ਮਨ 'ਚ ਕੋਈ ਡਾਟ ਨਰਵੇ ਜਾਨ ਦੇ ਪ੍ਰਤੀ ਤੇ ਅਸੀਂ ਜਦੋਂ ਇੱਥੋਂ ਚਲੇ ਲੁਧਿਆਣੇ ਤੋਂ ਬਹੁਤ ਹੀ ਹਰਸ਼ ਉਲਾਸ ਨਾਲ ਉਮੰਗਾ ਲੈ ਕੇ ਪੂਰੀਆਂ ਬਹੁਤ ਚਾਸੀ ਬਹੁਤ ਹੀ ਖੁਸ਼ੀ ਸੀ ਜਾਨ ਵੇਲੇ ਤੇ ਅਸੀਂ ਆਪਣੀ ਗੱਡੀਾਂ ਵਿੱਚ ਗਏ ਸੀ ਬਾਇਆ ਬਿਆਸ ਤੇ ਹੁੰਦੇ ਹੋਏ ਬਟਾਲੇ ਬਟਾਲੇ ਤੋਂ ਅਸੀਂ ਬਾਬੇ ਬਕਾਲੇ ਦੇ ਗਏ ਤੇ ਫਿਰ ਅਸੀਂ ਬਾਬੇ ਫਕਾਲੇ ਜਾ ਕੇ ਗੱਡੀਆਂ ਆਪਣੀਆਂ ਉੱਥੇ ਪਾਰਕਿੰਗ ਚ ਲਾਤੀਆਂ ਇਮੀਗ੍ਰੇਸ਼ਨ ਵਾਲਿਆਂ ਦੇ ਆਫਿਸ ਵਿੱਚ ਚਲੇ ਗਏ ਅਸੀਂ ਤੇ ਫਿਰ ਅੰਬੈਸੀ ਜਿਹੜੀ ਸਾਡੀ ਇੰਡੀਆ ਦੀ ਉੱਥੇ ਸਾਡੇ ਕਾਗਜ਼ ਚੈੱਕ ਹੋਏ ਪਾਸਪੋਰਟ ਸਾਡਾ ਚੈੱਕ ਹੋਇਆ ਆਈਡੀ ਪ੍ਰੂਫ ਸਾਡੇ ਜਿਹੜੇ ਸੀਗੇ ਆਧਾਰ ਕਾਰਡ ਤੇ ਉਹ ਸਾਰੇ ਸਾਡੇ ਉੱਥੇ ਚੈੱਕ ਹੋਏ ਸਾਡੀ ਪੂਰੀ ਡਾਕਟਰੀ ਕੀਤੀ ਗਈ ਇੰਡੀਆ ਦੇ ਵੱਲੋਂ ਇੰਡੀਆ ਡਾਕਟਰਾਂ ਵੱਲੋਂ ਸਾਨੂੰ ਕੋਰੋਨਾ ਵਾਇਰਸ ਜਿਹੜਾ ਸਾਡਾ ਉਹ ਟੈਸਟ ਹੋਇਆ ਫਿਰ ਪੋਲੀਓ ਟੈਸਟ ਸਾਨੂੰ ਬੂੰਦ ਪਾਈ ਗਈ ਉਹਨਾਂ ਦਾ ਜਿਹੜਾ ਵਿਵਹਾਰ ਸੀ ਬਹੁਤ ਹੀ ਅੱਛਾ ਵਿਵਹਾਰ ਸੀ ਉਹਨਾਂ ਦਾ ਉਹਨਾਂ ਦੇ ਬੋਲਣ ਦਾ ਤਰੀਕਾ ਉਹਨਾਂ ਦੇ ਗੱਲ ਕਰਨ ਦਾ ਹਿੱਸਾ ਟੰਗ ਸੀਗਾ ਕਿ ਉੱਥੇ ਹੀ ਆਦਮੀ ਦੀ ਹੋ ਗਿਆ ਇਹ ਖੁਸ਼ੀ ਹੋ ਜਾਂਦੀ ਹੈ ਕਿ ਯਾਤਰਾ ਮੇਰੀ ਕਿੰਨੀ ਅੱਛੀ ਜਾ ਰਹੀ ਹੈ ਕਿ ਕਿੰਨੇ ਅੱਛੇ ਤਰੀਕੇ ਨਾਲ ਸਾਡੇ ਆਰਮੀ ਵਾਲੇ ਅਫਸਰ ਹੋਰ ਛੋਟੇ ਮੁਲਾਜ਼ਮ ਜਿਹੜੇ ਸਪਾਈ ਤੋਂ ਲੈ ਕੇ ਵੱਡੇ ਤੱਕ ਉਹ ਸਾਡੇ ਨਾਲ ਇੰਨੀ ਅੱਛੀ ਤਰ੍ਹਾਂ ਗੱਲ ਕਰ ਰਹੇ ਸੀਗੇ ਹੋਰ ਜਿਹੜੇ ਉੱਥੇ ਐਜ਼ ਅ ਕਲਰਕ ਕੰਮ ਕਰ ਰਹੇ ਸੀਗੇ ਉਹ ਵੀ ਸਾਡੇ ਨਾਲ ਬਹੁਤ ਹੀ ਅੱਛੀ ਗੱਲਬਾਤ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਰੇ ਸਾਡੇ ਕਾਗਜ਼ ਚੈੱਕ ਕਰਕੇ ਸਾਨੂੰ ਅੱਗੇ ਭੇਜ ਦਿੱਤਾ ਬਾਰ ਜਾਣ ਕੇ ਭੇਜ ਦਿੱਤਾ ਉੱਥੇ ਸਾਨੂੰ ਇੱਕ ਬੈਟਰੀ ਵਾਲਾ ਰਿਕਸ਼ਾ ਹੈ ਉਹ ਉਹਨਾਂ ਨੇ ਇਹਦੇ ਵਿੱਚ ਕੱਟੋ-ਕੱਟ 10 ਵਾਰੀਆਂ ਬੈਠ ਸਕਦੀਆਂ ਅਸੀਂ ਉਹਦੇ ਵਿੱਚ ਬੈਠੇ ਤੇ ਉਹ ਸਾਨੂੰ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਲੈ ਗਿਆ ਜੋ ਕਿ ਉਸ ਤੋਂ ਨੀਅਰ ਬਾਉਟ 1 ਕਿਲੋਮੀਟਰ ਹੈ 1 ਕਿਲੋਮੀਟਰ ਜਦੋਂ ਅਸੀਂ ਉਸ ਬਾਰਡਰ ਦੇ ਜਾ ਕੇ ਉਤਰੇ ਦੋ ਗੇਟ ਲੱਗੇ ਹੋਏ ਨੇ ਇੱਕ ਗੇਟ ਉੱਲੇ ਪਾਸੇ ਹੈ ਇੱਕ ਗੇਟ ਪਰਲੇ ਪਾਸੇ ਹੈ ਤੇ ਵਿੱਚ ਉਹ ਦੋਨਾਂ ਗੇਟਾਂ ਦੇ ਵਿੱਚ ਦੀ ਜਿਹੜੀ ਦੂਰੀ ਹੈ ਉਹ ਕਰੀਬ 10 ਫੁੱਟ ਦੀ ਹੈ ਉਹ ਸਾਂਝੀ ਲੈਣਾ ਸਾਡੀ ਉਹ ਨਾ ਪਾਕਿਸਤਾਨ ਦੀ ਹੈ ਨਾ ਇੰਡੀਆ ਦੀ ਹੈ ਸਾਂਝੀ ਹੈ ਦੋਨਾਂ ਦੀ ਤੇ ਅਸੀਂ ਫਿਰ ਉੱਥੇ ਉਤਰੇ ਸਾਡੇ ਉੱਥੇ ਵੀ ਸਾਡੇ ਕਾਗਜ਼ ਚੈੱਕ ਹੋਏ ਇੱਕ ਵਾਰੀ ਉੱਥੇ ਬੈਠੇ ਨੇ ਸਾਡੀਆਂ ਬੇਟੀਆਂ ਬੈਠੀਆਂ ਨੇ ਸਾਡੇ ਬੇਟੇ ਬੈਠੇ ਨੇ ਜਵਾਨ ਉਹ ਸਾਨੂੰ ਪੂਰਾ ਉਹਨਾਂ ਨੇ ਚੈੱਕ ਕੀਤਾ ਉਹਨਾਂ ਦਾ ਵਿਵਾਰ ਵੀ ਬੜਾ ਅੱਛਾ ਸੀ ਸਾਡੇ ਨਾਲ ਬੜੇ ਖੁਸ਼ ਹੋ ਗਏ ਸਾਨੂੰ ਉਹ ਬਿਲਾ ਕਰ ਰਹੇ ਸੀ ਉਧਰੋਂ ਯਾਤਰਾ ਵਾਲੇ ਪਾਸੇ ਨੂੰ ਤੇ ਉਸ ਤੋਂ ਬਾਅਦ ਅਸੀਂ ਜਦੋਂ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਏ ਆ ਫਿਰ ਉਹਨਾਂ ਨੇ ਸਾਡੇ ਅੱਜ ਕਿਤੇ ਪਾਕਿਸਤਾਨ ਵਾਲਿਆਂ ਨੇ ਉਸ ਦੂਸਰੇ ਪਾਸੇ ਵੀ ਈ ਰਿਕਸ਼ਾ ਜਿਹੜੀ ਇਹ ਬੈਟਰੀ ਵਾਲੀ ਉਹ ਆਈ ਹੈ ਤੇ ਉਹਨਾਂ ਨੇ ਸਾਨੂੰ ਬਿਠਾ ਲਿਆ ਉਹ ਵੀ 10 ਬੰਦੇ ਬੈਠਣ ਦੀ ਜਗ੍ਹਾ ਸੀ ਤੇ ਅਸੀਂ 8 ਬੰਦੇ ਬੜੇ ਖੁੱਲੇ ਡੁੱਲੇ ਹੋ ਕੇ ਬੈਠੇ ਔਰ ਜਵਾਨਾਂ ਨਾਲ ਸੀ ਹੱਥ ਮਲਾਏ ਪਾਕਿਸਤਾਨ ਦੇ ਨਾਲ ਜਾ ਕੇ ਬੜੇ ਖੁਸ਼ ਹੋ ਕੇ ਮਿਲੇ ਸੀ ਵੈਲਕਮ ਕਰੇ ਸੀ ਸਾਡਾ ਦਿਲੋਂ ਤੇ ਉਹ ਇਲਾਕਾ ਜਿਹੜਾ ਅਸੀਂ ਸਾਡਾ ਉਹ ਸ਼ੁਰੂ ਹੋਈ ਯਾਤਰਾ ਉਤੋਂ ਰਾਵੀ ਤੋਂ ਥੋੜਾ ਜਿਹਾ ਉਰਲੇ ਪਾਸੇ ਇਲਾਕਾੋਂ ਸਾਡੀ ਯਾਤਰਾ ਸ਼ੁਰੂ ਹੋਈ ਤੇ ਇੱਕ ਲਾਗੇ ਖੁਸ਼ਬੂ ਉਸ ਜਗ੍ਹਾ ਦੇ ਵਿੱਚੋਂ ਇਹ ਮਸੂਸੋਈਸ ਹਨ ਕਿਉਂਕਿ ਬਾਬੇ ਨਾਨਕ ਦੀ ਧਰਤੀ ਆ ਉਹ ਬਾਬਾ ਨਾਨਕ ਦੀ ਉਸ ਧਰਤੀ ਦੇ ਉੱਤੇ 18 ਸਾਲ ਖੇਤੀ ਕੀਤੀ ਹੈ ਉੱਥੇ ਰਹੇ ਨੇ ਉਹ ਤੇ ਉਹ ਅਸੀਂ ਜਦੋਂ ਅੱਗੇ ਗਏ ਆ ਤੇ ਗਰੀ ਪ੍ਰੀਮ ਕੋਈ 4 ਕਿਲੋਮੀਟਰ ਅਸੀਂ ਸਾਨੂੰ ਉਹ ਇਨਸ਼ਾ ਲੈ ਕੇ ਗਿਆ ਫਿਰ ਅੱਗੇ ਜਾ ਕੇ ਉਹਨਾਂ ਦਾ ਇਮੀਗ੍ਰੇਸ਼ਨ ਆਫਿਸ ਆ ਗਿਆ ਤੇ ਐਮਬੈਸੀ ਉਹਨਾਂ ਦੀ ਆ ਗਈ ਹੈ ਤੇ ਉਹਨਾਂ ਨੇ ਸਾਡੇ ਉੱਥੇ ਵੀ ਕਾਗਜ਼ ਚੈੱਕ ਕੀਤੇ ਸਾਡੇ 20 ਡਾਲਰ ਪਰ ਮੈਂਬਰ ਉੱਥੇ ਉਹਨਾਂ ਨੇ ਜਮ੍ਹਾਂ ਕਰਵਾਏ ਆ ਜਿਹੜੇ ਕਿ ਅਮ ਸਰਕਾਰ ਵੱਲੋਂ ਲੋੜ ਹੈ ਕਿ ਉੱਥੇ 20 ਤੁਸੀਂ ਜਮਾ ਕਰਵਾਉਣੇ ਚਾਹਣਾ ਨੇ ਇੱਕ ਪਰ ਮੈਂਬਰ ਨੇ ਉਹ ਅਸੀਂ ਜਮਾ ਕਰਵਾਤੇ ਆ ਫਿਰ ਸਾਡੇ ਕਾਗਜ਼ ਚੈੱਕ ਹੋਏ ਨੇ ਫਿਰ ਉਹਨਾਂ ਨੇ ਸਾਨੂੰ ਕਿਹਾ ਜਾਓ ਤੁਸੀਂ ਅੰਦਰ ਜਾਓ ਗੁਰਦੁਆਰਾ ਸਾਹਿਬ ਦੇ ਤੇ ਦਰਸ਼ਨ ਕਰੋ ਉਹ ਤੇ ਜਦੋਂ ਅਸੀਂ ਗਏ ਆ ਅੰਦਰ ਤੇ ਸਾਨੂੰ ਜਿੰਨੇ ਵੀ ਜਵਾਨ ਉੱਥੇ ਆਰਮੀ ਦੇ ਪੁਲਿਸ ਦੇ ਉਹਨਾਂ ਦੇ ਲੱਗੇ ਹੋਏ ਸੀਗੇ ਕੋਈ ਵੀ ਸਫਾਈ ਕਰਮਚਾਰੀ ਵੀ ਸਫਾਈ ਕਰ ਰਿਹਾ ਉਹ ਹੋਰ ਗੇਟ ਤੇ ਖੜਾ ਉਹਨੇ ਸਾਡਾ ਇਸ ਤਰ੍ਹਾਂ ਵੈਲਕਮ ਕੀਤਾ ਕਿ ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਪਾਕਿਸਤਾਨ ਵਿੱਚ ਆਏ ਹਾਂ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਗਏ ਅੰਦਰ ਉੱਥੇ ਜਾ ਕੇ ਅਸੀਂ ਗੁਰਮਾਰੇ ਦੇ ਦਰਸ਼ਨ ਕੀਤੇ ਬਾਬਾ ਜੀ ਦੀ ਸਮਾਦ ਬਣੀ ਹੋਈ ਹੈ ਬਾਬਾ ਨਾਨਕ ਜੀ ਦੀ ਉਹ ਸਮਾਦ ਦੇ ਅਸੀਂ ਦਰਸ਼ਨ ਕੀਤੇ ਤੇ ਖੂਹ ਜਿਹੜਾ ਜਿੱਥੇ ਬਾਬਾ ਜੀ ਗੇੜ ਕੇ ਪਾਣੀ ਖੇਤੀ ਕਰਦੇ ਹੁੰਦੇ ਸੀਗੇ ਉਹਦੇ ਅਸੀਂ ਦਰਸ਼ਨ ਕੀਤੇ ਤੇ ਹੋਰ ਆਲੇ ਦੁਆਲੇ ਅਸੀਂ ਦੇਖਿਆ ਬਹੁਤ ਹੀ ਅੱਛਾ ਮਾਹੌਲ ਸੀ ਬੜਾ ਖੁੱਲਾ ਢੁੱਲਾ ਬਣਾਇਆ ਹੋਇਆ ਉਹਨਾਂ ਨੇ ਬਹੁਤ ਹੀ ਸਾਫ਼ ਸੁਥਰਾ ਹੇ ਉਹ ਗੁਰਦਰ ਸਾਹਿਬ ਉਸ ਤੋਂ ਬਾਅਦ ਸਾਨੂੰ ਅਸੀਂ ਉੱਥੇ ਖੜੇ ਸੀਗੇ 5-10 ਬੰਦੇ ਆਪਣੇ ਇਧਰ ਉਧਰ ਗੱਲਾਂ ਕਰ ਰਹੇ ਸੀਗੇ ਸਾਡੇ ਹੋਰ ਪੂਰੀ ਟੀਮ ਆਈ ਹੋਈ ਸੀ ਫੈਸਲਾਬਾਦ ਤੋਂ ਇੱਕ ਪਿੰਡ ਪੰਜਾਬ ਦਾ ਚੈਨਲ ਤੁਸੀਂ ਜਾਣਦੇ ਹੋ ਸਾਰੇ ਦੁਨੀਆ ਦੇ ਹਰ ਕੋਨੇ ਵਿੱਚ ਉਹ ਚੱਲਦਾ ਹੈ ਇੱਕ ਪਿੰਡ ਪੰਜਾਬ ਦਾ ਸ਼੍ਰੀ ਨਾਸਿਰ ਕਿਸਾਨਾ ਜੀ ਉਹਨਾਂ ਦੇ ਮਾਲਕ ਨੇ ਉਹ ਆਪਣੀ ਪੂਰੀ ਟੀਮ ਲੈ ਕੇ ਆਏ ਹੋਏ ਸੀਗੇ ਉੱਥੇ ਤੇ ਉਹ ਸਾਡਾ ਅਸੀਂ ਉਹਨਾਂ ਦਾ ਇੰਤਜ਼ਾਰ ਕੀਤਾ ਥੋੜਾ ਜਿਹਾ ਉਹ ਲੇਟ ਹੋ ਗਏ ਬਰਸਾਤ ਕਰਕੇ ਤੇ ਫਿਰ ਉਹ ਥੋੜੀ ਦੇਰ ਬਾਅਦ ਉਹ ਆ ਗਏ ਤੇ ਜੰਗ ਤੋਂ ਜਿਹੜੇ ਆ ਆਪਣੇ ਸ਼੍ਰੀ ਮੁਹੰਮਦ ਸਰਫਰਾਜ ਜੀ ਆਏ ਹੋਏ ਸਕੇ ਉਹ ਵੀ 1947 ਦੇ ਉੱਤੇ ਬਹੁਤ ਵੀਡੀਓ ਬਣਾ ਚੁੱਕੇ ਨੇ ਉਹਨਾਂ ਨੇ ਬਹੁਤ ਮਜੂਰਗਨ ਮਿਲਾਇਆ ਇੱਕ ਦੂਜੇ ਦੇ ਨਾਲ ਬਹੁਤ ਇੱਕ ਦੂਜੇ ਦੇ ਪਿੰਡ ਦਿਖਾਏ ਨੇ ਉਹਨਾਂ ਦੇ ਉਹ ਵੀ ਇਸ 1947 ਦੇ ਪ੍ਰੋਗਰਾਮ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਕਰ ਰਹੇ ਨੇ ਹੋ ਤੇ ਥੋੜੀ ਦੇਰ ਬਾਅਦ ਨਾਸਰ ਕਿਸਾਨਾ ਜੀ ਦੀ ਟੀਮ ਵੀ ਆ ਗਈ ਤੇ ਫਿਰ ਉਹਨਾਂ ਨਾਲ ਰੌਣਕਾਂ ਸਾਡੀਆਂ ਲੱਗ ਗਈਆਂ ਤੇ ਅਸੀਂ ਜਦੋਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਇਸ ਤਰ੍ਹਾਂ ਖੜੇ ਸੀਗੇ ਗੱਲਾਂ ਕਰ ਰਹੀ ਸੀਗੇ 2-4 ਬੰਦੇ ਉੱਥੇ ਖੜੇ ਆ 10 ਉੱਥੇ ਖੜੇ ਆ ਕਿ ਸਾਡੇ ਆਲੇ ਦੁਆਲੇ ਨਾ ਇੱਕ ਬੱਚੇ ਕੋਈ 20 ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਲੜਕੇ ਲੜਕੀਆਂ ਸਾਡੇ ਆਲੇ ਦੁਆਲੇ ਰੌਂਡ ਲਗਾਈ ਜਾ ਰਹੇ ਸੀਗੇ ਸਾਨੂੰ ਦੇਖੀ ਜਾ ਰਹੇ ਸੀਗੇ ਬੜੀਆਂ ਜਿਵੇਂ ਕੀ ਕਹਿੰਦੇ ਆ ਕਿ ਉਤਾਵਲੀਆਂ ਜਿਵੇਂ ਹੁੰਦੇ ਨਾ ਇੱਕ ਕੋਈ ਚੀਜ਼ ਲੱਭਦੀ ਹੁੰਦੀ ਹੈ ਕਿਸੇ ਨੂੰ ਕਿ ਅੱਖਾਂ ਲੱਭ ਰਹੀਆਂ ਸੀ ਉਹਨਾਂ ਦੇ ਕਿਸੇ ਨੂੰ ਕਿ ਸਾਨੂੰ ਕੋਈ ਬੁਲਾ ਲਵੇ ਸਾਨੂੰ ਕੋਈ ਇਹ ਦੇਖ ਲਵੇ ਕਿ ਅਸੀਂ ਸਾਡੇ ਨਾਲ ਕੋਈ ਗੱਲਬਾਤ ਕਰੇ ਪਿਆਰ ਦੀ ਉਹ ਬੱਚੇ ਆਏ ਸੀ ਇਸਲਾਮਾਬਾਦ ਯੂਨੀਵਰਸਿਟੀ ਤੋਂ ਪੂਰਾ ਟ੍ਰਿਪ ਆਇਆ ਸੀ ਉਹਨਾਂ ਦਾ ਪੰਜਾਬ ਬੱਚਿਆਂ ਦਾ 45 ਬੱਚੇ ਜਾਂ 50 ਬੱਚੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਬੇਟੇ ਕੀ ਗੱਲ ਆ ਤੁਸੀਂ ਇਸ ਵਾਲੇ ਵਾਲੇ ਕਿਉਂ ਜਾ ਰਹੇ ਹੋ ਸਾਡੇ ਤੇ ਮੇਰਾ ਤਾਂ ਸੁਭਾਅ ਹੈ ਕਿ ਮੈਂ ਖੁਦ ਹੀ ਬੁਲਾ ਲੈਣਾ ਕੋਈ ਵੀ ਹੋਵੇ ਮੇਰਾ ਸੁਭਾਅ ਹੈ ਕਿ ਮੈਂ ਪਹਿਲਾਂ ਕਰਕੇ ਪਹਿਲ ਕਰਕੇ ਬੁਲਾ ਲੈਣਾ ਉਹਨਾਂ ਤੇ ਮੈਂ ਬੁਲਾਇਆ ਮੈਂ ਬੇਟਾ ਕੀ ਗੱਲ ਆ ਤੁਸੀਂ ਆਓ ਇੱਧਰ ਆਓ ਤੁਸੀਂ ਸਾਡੇ ਵਾਲੇ ਵਾਲੇ ਕਿਉਂ ਜਾ ਰਹੇ ਹੋ ਤੇ ਉਹ ਲੜਕੀਆਂ ਸੀਗੀਆਂ ਦੋ ਨੀਅਰਬਾਉਟ ਕੋਈ ਸਾਡੀਆਂ ਬੱਚੀਆਂ 20-22 ਸਾਲ ਦੀਆਂ ਹੋਣੀਆਂ ਤੇ ਉਹ ਆਈਆਂ ਸਾਡੇ ਕੋਲ ਤੇ ਬੜੇ ਪਿਆਰ ਨਾਲ ਮਿਲੀਆਂ ਸਾਡੇ ਭਾਬੀ ਜੀ ਸੀ ਸਾਡੇ ਕੁੜਮੀਆਂ ਸੀਗੀਆਂ ਉਹ ਸਾਨੂੰ ਮੇਰੀ ਭਤੀਜੀ ਸੀ ਨਾਲ ਭਤੀਜਾ ਸੀ ਮੇਰੇ ਸਾਨੂੰ ਇੰਨੇ ਅੱਛੇ ਤਰੀਕੇ ਨਾਲ ਮਿਲੀਆਂ ਉਹ ਪਿਆਰ ਔਰ ਸਾਡਾ ਇੰਨਾ ਪਿਆਰ ਹੋ ਗਿਆ ਉਹਨਾਂ ਨਾਲ ਥੋੜੇ ਦਿਨ ਦੇ ਵਿੱਚ 10 ਮਿੰਟ ਦੇ ਵਿੱਚ ਵਿੱਚ ਤੇ ਉਹ ਬੱਚੇ ਸਾਨੂੰ ਬਹੁਤ ਹੀ ਉਹ ਅੱਖਾਂ ਦੇ ਵਿੱਚ ਕਿ ਉਹਨਾਂ ਦੇ ਨਾ ਇੱਕ ਜੀ ਇਸਨ ਉਡੀਕ ਰਹੀ ਹੁੰਦੀ ਹੈ ਕੋਈ ਚੀਜ਼ ਹੈ ਕਿ ਉਹ ਬੰਦੇ ਅਜੇ ਆਏ ਨਹੀਂ ਆਏ ਨੇ ਹਾਲਾਂਕਿ ਸਾਨੂੰ ਉਹ ਕਦੇ ਸੁਪਨੇ ਜਿਨੇ ਮਿਲੇ ਅਸੀਂ ਜਾਣਦੇ ਸੀ ਉਹਨਾਂ ਨੂੰ ਫੇਰ ਵੀ ਉਹ ਪਤਾ ਨਹੀਂ ਕੀ ਸੀ ਉਹ ਸਾਡੇ ਆਲੇ-ਦਲੇ ਘੁੰਮ ਰਹੇ ਸੀ ਸਾਰੇ ਤੇ ਅਸੀਂ ਉਹਨਾਂ ਨੂੰ ਬੁਲਾਇਆ ਬੜੇ ਪਿਆਰ ਨਾਲ ਉਹ ਮਿਲੇ ਫਿਰ ਉਹਨਾਂ ਨੇ ਉਹ ਕੈਮਰਾ ਲੈ ਕੇ ਆਇਆ ਸੀ ਆਪਣਾ ਵੱਡਾ ਤੇ ਉਹਨਾਂ ਨੇ ਸਾਡਾ ਪੂਰਾ ਗਰੁੱਪ ਫੋਟੋ ਖਿੱਚਿਆ ਇੱਕ ਤੇ ਉਹ ਮੈਂ ਸ਼ੇਅਰ ਕੀਤਾ ਹੋਇਆ ਹੈ ਨਾ ਸਿਰਫ ਸਾਨੂੰ ਨਾਲ ਹੋਰ ਵੀ ਫੋਟੋ ਮੈਂ ਪਾਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਹੀ ਸਾਡਾ ਉਹਨਾਂ ਨਾਲ ਰਿਹਾ ਜੇ ਲੋਕ ਸੀ ਉਹਨਾਂ ਦੇ ਨਾਲ ਘੁੰਮਦੇ ਫਿਰਦੇ ਰਹੇ ਫਿਰ ਲਾਹੌਰ ਤੋਂ ਸਾਡੇ ਇੱਕ ਪ੍ਰੇਮੀ ਆਏ ਹੋਏ ਸੀਗੇ ਜਿਹੜੇ ਕਿ ਪੰਜਾਬ ਤੋਂ ਨਾਲਾਗੜ੍ਹ ਤੋਂ ਗਏ ਹੋਈ ਹੈ ਫੈਮਿਲੀ ਉਹ ਉੱਥੇ ਜਾ ਕੇ ਲਾਹੌਰ ਬਸੇ ਹੋਏ ਨੇ ਉਹਨਾਂ ਦੀ ਪੂਰੀ ਫੈਮਿਲੀ ਆਈ ਹੋਈ ਸੀਗੀ ਉਹਨਾਂ ਦੀਆਂ ਦੋਨੋਂ ਬੇਟੀਆਂ ਮਿਸੇ ਉਹਨਾਂ ਦੀ ਭਾਬੀ ਤੇ ਆਪ ਆਏ ਹੋਏ ਸੀਗੇ ਉਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਉਹ ਇੱਕ ਹੋਰ ਫੈਮਿਲੀ ਇਹ ਜੀ ਤੁਸੀਂ ਸੁਣਿਆ ਹੋਣਾ ਜੀ ਯਾਸਰ ਗੁੱਜਰ ਜੀ ਉਹ ਆ ਨਹੀਂ ਸਕੇ ਤੇ ਲੇਕਿਨ ਉਹਨੇ ਮੇਰੀ ਫੋਟੋ ਆਪਣੇ ਮੋਬਾਈਲ ਤੋਂ ਆਪਣੇ ਇੱਕ ਦੋਸਤ ਨੂੰ ਭੇਜ ਦਿੱਤੀ ਲਾਹੌਰ ਕਿ ਯਾਰੇ ਭੁਪਿੰਦਰ ਸ਼ਰਮਾ ਜੀ ਲੁਧਿਆਣਾ ਪੰਜਾਬ ਤੋਂ ਆਏ ਹੋਏ ਨੇ ਕਿ ਤੁਸੀਂ ਇਹ ਫੋਟੋ ਦੇਖ ਕੇ ਉਹਨਾਂ ਨੂੰ ਲੱਭ ਲਈਓ ਜਾਂ ਫੋਨ ਕਰ ਲਈਓ ਉੱਥੇ ਜਾ ਕੇ ਤੇ ਐਕਚੁਅਲੀ ਮੈਂ ਉੱਥੇ ਫੋਟੋਆਂ ਵਗੈਰਾ ਖਿਚਣ ਦੇ ਵਿੱਚ ਮੇਰੇ ਮੋਬਾਈਲ ਦੀ ਬੈਟਰੀ ਡਾਊਨ ਹੋ ਗਈ ਤੇ ਬੰਦ ਹੋ ਗਿਆ ਮੋਬਾਈਲ ਮੇਰਾ ਤੇ ਉਹ ਲੱਭਦੇ ਫਿਰਨ ਨੂੰ ਫਿਰਨ ਕਿ ਭੁਪਿੰਦਰ ਸ਼ਰਮਾ ਜੀ ਕਿਹੜੇ ਨੇ ਭੁਪਿੰਦਰ ਸ਼ਰਮਾ ਕਿਹੜੇ ਨੇ ਉਹਨਾਂ ਨੇ ਬਲਕਿ ਦੋ ਤਿੰਨ ਬੰਦਿਆਂ ਨੂੰ ਹੋਰ ਨੂੰ ਪੁੱਛ ਲਿਆ ਗਲਤ ਕਿ ਤੁਸੀਂ ਸ਼ਰਮਾ ਜੀ ਉਹ ਲੁਧਿਆਣਾ ਤੋਂ ਆਏ ਕਹਿੰਦੇ ਨਹੀਂ ਅਸੀਂ ਨਹੀਂ ਆਏ ਲੁਧਿਆਣਾ ਤੋਂ ਇਸ ਤਰ੍ਹਾਂ ਇਹ ਸੀ ਖੜੇ ਉੱਪਰ ਗੈਲਰੀ ਵਿੱਚ ਗੱਲਾਂ ਕਰ ਰਹੇ ਸੀ 8-10 ਜਣੇ ਤੇ ਉਹ ਆਏ ਆਪਣੇ ਮੈਸੇਜ ਨਾਲ ਉਹਨਾਂ ਦਾ ਬੇਟਾ ਸੀ ਤੇ ਉਹ ਜਦੋਂ ਆਏ ਹੈ ਤੇ ਮੇਰੇ ਵੱਲ ਦੇਖ ਹੀ ਜਾ ਰਹੇ ਮੇਰੇ ਵੱਲ ਦੇਖ ਹੀ ਜਾ ਰਿਹਾ ਹੈ ਮੇਰੇ ਨਾਲ ਅੱਖਾਂ ਚੱਖਾਂ ਮਿਲੀਆਂ ਉਹਨਾਂ ਦੀਆਂ ਤੇ ਮੈਂ ਜਦ ਦੇਖਿਆ ਤੇ ਮੈਂ ਕਹਿੰਦਾ ਇਹ ਆਦਮੀ ਮੇਰੇ ਵੱਲ ਦੇਖ ਹੀ ਜਾ ਰਿਹਾ ਪਰ ਮੈਨੂੰ ਲੱਗਦਾ ਕੋਈ ਜਾਣਦਾ ਹੈ ਤੇ ਲੇਕਿਨ ਮੈਂ ਤਾਂ ਉਹ ਨਹੀਂ ਸੀ ਜਾਣਦਾ ਉਹਨਾਂ ਨੂੰ ਬਾਈ ਫੇਸ ਵੀ ਨਹੀਂ ਸੀ ਦੇਖਿਆ ਮੈਂ ਕਦੇ ਨਾ ਕਦੇ ਗੱਲਬਾਤ ਹੋਈ ਸੀ ਤੇ ਉਹ ਇਸ ਤਰ੍ਹਾਂ ਬਾਹ ਕਰਕੇ ਮੇਰੇ ਵੱਲ ਕਹਿੰਦੇ ਆ ਭੋਪਿੰਦਰ ਸ਼ਰਮਾ ਮੈਂ ਕਹਾਂ ਜੀ ਮੈਂ ਅੱਗੇ ਵਧਿਆ ਦੋ ਕਦਮ ਹੁਣਾ ਵੱਲ ਤੇ ਉਹਨਾਂ ਮੈਨੂੰ ਜੱਫੀ ਪਾ ਲਈ ਉਹ ਤੁਸੀਂ ਯਕੀਨ ਮੰਨਣਾ ਕਿ ਇੱਕ ਗਿਆਨ ਆਦਮੀ ਦੇ ਨਾਲ ਜਿਹਨਾਂ ਤੁਸੀਂ ਜਾਣਦੇ ਹੀ ਨਹੀਂ ਕਦੀ ਦੇਖਿਆ ਹੀ ਨਹੀਂ ਤੁਸੀਂ ਕਦੀ ਇਸ ਤਰ੍ਹਾਂ ਮਿਲਣਾ ਜੱਫੀ ਪਾ ਕੇ ਮੇਰੇ ਅੱਖਾਂ ਜੱਥੂ ਆ ਰਹੇ ਹੁਣ ਕਿ ਉਹ ਇਸ ਤਰ੍ਹਾਂ ਮੈਨੂੰ ਮਿਲਿਆ ਬੰਤਾ ਤੁਹਾਨੂੰ ਦੱਸ ਨਹੀਂ ਸਕਦਾ ਕਿ ਇਹਨਾਂ ਉਹਨੇ ਮੇਰੇ ਕੋਟ ਕੇ ਕੱਲੇ ਤੋਂ ਆਦੇ ਦੇ ਕਾਰਨ ਉਹ ਵੀ ਮੈਨੂੰ ਜਦੋਂ ਮਿਲੇ ਆ ਕੇ ਉਹ 8:30 ਵਜੇ ਆ ਕੇ ਬੈਠ ਗਏ ਸੀ ਅਸੀਂ ਤਾਂ 10:00 ਵਜੇ ਐਂਟਰ ਕੀਤਾ ਹੁੰਦਾ ਉਹ ਵੀ ਮੈਨੂੰ ਮਿਲ ਕੇ ਬਹੁਤ ਰੋਇਆ ਕਿ ਆਪਾਂ ਫੋਨ ਤੇ ਇੰਨੀ ਦਿਨ ਗੱਲਾਂ ਕਰਦੇ ਰਹੇ ਨੇ ਕਿ ਅੱਜ ਆਪਾਂ ਮਿਲੇ ਆ ਇਸ ਤਰ੍ਹਾਂ ਹੀ ਉਹ ਮੈਨੂੰ ਜਫੀ ਪਾ ਕੇ ਜਦ ਮਿਲੇ ਨਾ ਤੇ ਮੈਂ ਕਿਹਾ ਮੈਂ ਜਫੀ ਪਾਈ ਪਾਈ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਮੈਂ ਤੁਹਾਨੂੰ ਪਛਾਣਨੇ ਨਹੀਂ ਹੈਗਾ ਵੀ ਤੁਸੀਂ ਮੈਨੂੰ ਜਾਣਦੇ ਹੋ ਨੇ ਹਾਂ ਮੈਂ ਜਾਣਦਾ ਤਾਂ ਹੀ ਤੁਹਾਨੂੰ ਮੈਂ ਜਫੀ ਪਾਈ ਆ ਤੇ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਨੂੰ ਨਾਮ ਲੱਗਦਾ ਜਾਸਰ ਗੁਜਰ ਜੀ ਦਾ ਇਹਰੇ ਪ੍ਰੋਫੈਸਰ ਨੇ ਕਾਲਜ ਚ ਪੜ੍ਹਾਉਂਦੇ ਨੇ ਉੱਤੇ ਤੇ ਇਹਨਾਂ ਨੇ ਮੈਨੂੰ ਮੈਂ ਫੋਟੋ ਦੇਖ ਕੇ ਕਹਿੰਦੇ ਮੈਂ ਤਾਂ ਦੋ ਤਿੰਨ ਬੰਦੇ ਨੂੰ ਪੁੱਛ ਕੇ ਆਇਆ ਯਾਰ ਕਿ ਤੁਸੀਂ ਭਵਿੰਦਰ ਸ਼ਰਮਾ ਜੀ ਹੋ ਮੈਨੂੰ ਇਹ ਇੰਨਾ ਅੱਛਾ ਲੱਗਾ ਉਹਨਾਂ ਦੇ ਮੈਸੇਜ ਇੰਨੇ ਅੱਛੇ ਸੀਗੇ ਸਾਡੇ ਲੇਡੀਜ਼ ਜਿਹੜੀਆਂ ਗਈਆਂ ਸਾਡੇ ਨਾਲ ਉਹਨਾਂ ਨੇ ਇੰਨਾ ਉਹਨਾਂ ਦਾ ਹੋ ਗਿਆ ਇੱਕ ਦੂਜੇ ਨੂੰ ਫੋਨ ਲੈ ਕੇ ਦਿੱਤੇ ਉਹਨਾਂ ਨੇ ਫੋਨ ਨੰਬਰ ਲੱਤੇ ਉਹਨਾਂ ਨੇ ਇੱਕ ਦੂਜੇ ਦੇ ਤੇ ਬਹੁਤ ਹੀ ਪਿਆਰ ਪੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਦਾ ਬੇਟਾ ਇੰਨਾ ਅੱਛਾ ਸੀਗਾ ਉਹ ਆਪ ਵੀ ਬਹੁਤ ਅੱਛੇ ਸੀ ਇੰਨੇ ਹਸਮੁਖ ਸੀਗਾ ਕਿ ਸਾਡੇ ਨਾਲ ਵੀ ਅੱਗੇ ਅਸੀਂ ਤਾਂ ਆਪਣੇ ਆਪ ਨੂੰ ਹਰ ਸਮੇਂੋਂ ਜ਼ਿਆਦਾ ਸਮਝਦੇ ਸੀ ਅਸੀਂ ਰੌਣਕਾਂ ਲਾ ਦਿੰਦੇ ਹਾਂ ਉਹ ਉਹਨਾਂ ਨੇ ਵੀ ਬੜੀਆਂ ਰੌਣਕਾਂ ਲਾਣੀਆਂ ਬੜੀਆਂ ਗੱਲਾਂ ਸੁਣਾਈਆਂ ਉਹਨਾਂ ਨੇ ਤੇ ਇਸ ਤਰ੍ਹਾਂ ਦਾ ਮਾਹੌਲ ਉੱਥੇ ਬਣ ਗਿਆ ਕਿ ਸਾਡਾ ਦਿਲ ਨਾ ਕਰਿਆ ਉਹਨਾਂ ਨੂੰ ਫਿਰ ਅਸੀਂ ਸ਼ੋਪਿੰਗ ਕਰਨ ਚੱਲੇ ਗਏ ਸਾਰੇ ਇਕੱਠੇ ਫਿਰ ਲੰਗਰ ਖਾਲ ਵਿੱਚ ਵੀ ਅਸੀਂ ਸਾਰੇ ਹੀ ਗਏ ਜਿੰਨੇ ਵੀ ਸਾਡੇ ਮੁਸਲਮਾਨ ਭਾਈ ਸੀਗੇ ਤੇ ਇਧਰੋਂ ਸਿੱਖ ਹੋਰ ਅਸੀਂ ਜਿੰਨੇ ਵੀ ਸੀਗੇ ਅਸੀਂ ਸਾਰੇ ਉੱਥੇ ਅਸੀਂ ਲੰਗਰ ਹਾਲ ਚ ਗਏ ਫਿਰ ਟਾਈਮ ਚਾਹ ਦਾ ਹੋ ਗਿਆ ਫਿਰ ਚਾਹ ਵੀ ਅਸੀਂ ਇਕੱਠੇ ਪੀਤੀ ਤੇ ਜਿੰਨੇ ਵੀ ਉਹ ਸਾਰੇ ਹੋਰ ਸੋਲਟੀ ਵਾਲੇ ਬੰਦੇ ਸਾਨੂੰ ਦੇਖ ਰਹੇ ਸੀਗੇ ਕਿ ਦੇਖੋ ਕਿੰਨੇ ਅچھے ਤਰੀਕੇ ਨਾਲ ਪਿਆਰ ਨਾਲ ਘੁੰਮ ਫਿਰ ਰਹੇ ਹੈ ਅਸੀਂ ਇੱਕ ਜਗ੍ਹਾ ਖੜੇ ਹੋ ਗਏ ਗੈਲਰੀ ਦੇ ਵਿੱਚ ਉੱਥੇ ਕਰੀਬ ਪੌਣਾ ਘੰਟਾ ਸੀ ਗੱਲਾਂ ਕਰਦੇ ਰਹੇ ਆਪਣੇ ਜਮਾਨੇ ਦੀ ਤੇ ਜਿਹੜੇ ਲਾਹੌਰ ਤੋਂ ਫੈਮਿਲੀ ਆਈ ਹੋਈ ਸੀਗੀ ਇੱਕ ਮੈਨੂੰ ਉਹਨਾਂ ਦਾ ਨਾਂ ਨਾਨ ਯਾਦ ਤੇ ਉਹ ਮੇਰੇ ਬਿਲਕੁਲ ਨਾਨਕੇ ਵਾਲ ਦੀ ਰੋਪੜ ਵਾਲ ਦੀ ਬੋਲੀ ਬੋਲ ਰਹੇ ਸੀਗੇ ਤੇ ਮੈਂ ਕਿਹਾ ਯਾਰ ਮੈਂ ਹੁਣ ਚੱਲਿਆਂ ਤਾਂ ਹੈ ਤੁਹਾਨੂੰ ਤੋਂ ਵਿਛੜ ਕੇ ਤੁਹਾਡੇ ਤੋਂ ਚੱਲਿਆਂ ਅਸੀਂ ਵਾਪਸ ਇੰਡੀਆ ਲੇਕਿਨ ਮੈਨੂੰ ਇਦਾਂ ਲੱਗਦਾ ਕਿ ਮੈਂ ਆਪਣੇ ਨਾਨਕੇ ਘਰ ਆਇਆ ਹੋਇਆ ਹਾਂ ਮਕਰਤਾਰ ਕੋ ਸਾਹਮਣੇ ਆਇਆ ਮੈਂ ਆਪਣੇ ਨਾਨਕੇ ਆਇਆ ਹੋਇਆ ਹਾਂ ਉੱਥੇ ਨਾਨਕੇ ਮੈਂ ਤੁਹਾਨੂੰ ਮਿਲ ਕੇ ਚੱਲੇ ਆ। ਉਹ ਵੀ ਬੜੇ ਪਰਸਨ ਹੋਏ ਬੜੇ ਰੂਹਦਾਰ ਬੰਦੇ ਸੀਗੇ ਦਿਲਦਾਰ ਆਦਮੇ ਸੀ ਉਹ ਵੀ। ਸਾਰੇ ਦਿਲਦਾਰ ਆਦਮੇ ਸੀ ਕੋਈ ਵੀ ਉੱਥੇ ਸਾਨੂੰ ਕੋਈ ਨੈਗੇਟਿਵ ਸੋਚ ਵਾਲਾ ਬੰਦਾ ਨਹੀਂ ਮਿਲਿਆ ਪਾਕਿਸਤਾਨ ਦੇ ਵਿੱਚ ਤੇ ਇਦੋਂ ਵੀ ਕੋਈ ਨੈਗੇਟਿਵ ਗੱਲ ਨਹੀਂ ਉਹ ਨਹੀਂ ਹੋਈ ਤੇ ਨਾ ਹੀ ਕੋਈ ਇਨਸਾਨ ਸੀਗਾ ਸਾਰੇ ਹੀ A ਤੋਂ Z ਹਰ ਹਰ ਚਿਹਰੇ ਦੇ ਵਿੱਚ ਗੁਰਨਾਨਕ ਦਾ ਰੂਹ ਦਿਸ ਰਿਹਾ ਸੀਗਾ। ਇਸ ਤਰ੍ਹਾਂ ਲੱਗ ਰਿਹਾ ਸੀ ਗੁਰਨਾਨਕ ਅੱਜ ਧਰਤੀ ਦੇ ਉੱਤੇ ਉਤਰੇ ਹੋਏ ਆ ਔਰ ਗੱਲੇ ਗੱਲੇ ਚਿਹਰੇ ਦੇ ਵਿੱਚ ਗੁਨਾਹਾਂ ਨੂੰ ਦੇਖ ਰਹੇ ਸੀ ਸੀ ਜਦੋਂ ਅਸੀਂ ਫਿਰ ਵਿਦਾ ਹੋਏ ਫੇਰ ਵੀ ਸਾਡਾ ਦਿਲ ਨਾ ਭਰਿਆ ਫਿਰ ਉਹਨਾਂ ਨੇ ਪਾਕਿਸਤਾਨ ਵਾਲਿਆਂ ਲਈ ਜਨਤਾ ਲਈ ਇੱਕ ਲਗ ਰਸਤਾ ਬਣਾਇਆ ਹੋਇਆ ਆਨ ਲਈ ਬਾਹਰੋਂ ਤੇ ਇੰਡੀਅਨ ਵਾਸਤੇ ਲਗ ਬਣਾਇਆ ਹੋਇਆ ਸਕੋਰਟ ਦੇ ਉੱਪਰ ਵਜਲੇ ਕਿ ਚਲੋ ਪਤਾ ਲੱਗੇ ਕਿ ਇਧਰੋਂ ਕਿੰਨੇ ਬੰਦੇ ਆ ਰਹੇ ਆਂ ਔਰ ਮਿਕਸ ਨਾ ਹੋਣ ਅੰਦਰ ਜਾ ਕੇ ਤੁਸੀਂ ਇੱਕੋ ਹੋ ਜਾਨੇ ਹੋ ਅੰਦਰ ਜਾ ਕੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਬੈਠੋ ਜਿੱਥੇ ਮਰਜ਼ੀ ਘੁੰਮੋ ਫਿਰੋ ਕੋਈ ਉੱਥੇ ਰੋਕ ਟੋਕ ਨਹੀਂ ਆ ਕਿ ਤੁਹਾਡਾ ਟਾਈਮ ਹੋ ਗਿਆ ਤੁਸੀਂ ਦਰਸ਼ਨ ਕਰ ਲੈ ਮਹਾਰਾਜੀ ਦੇ ਜਾਓ ਹੁਣ ਨਹੀਂ ਟਾੜਾ ਟਾਈਮ ਜਿਹੜਾ ਹੈ ਇੰਡੀਅਨ ਟਾਈਮ ਦੇ ਮੁਤਾਬਕ ਜਦੋਂ ਉੱਥੇ 4 ਵਜੇ ਦੇ ਆ ਤੁਹਾਡੇ 4:30 ਵਜੇ ਜਾਂਦੇ ਆ ਤੁਹਾਨੂੰ ਉੱਥੇ ਅਨਾਉਂਸਮੈਂਟ ਹੋ ਜਾਂਦੀ ਹੈ ਤੁਹਾਨੂੰ ਜਾਣਾ ਪੈਂਦਾ ਫਿਰ ਅਸੀਂ ਬਾਹਰ ਆ ਕੇ ਬਾਹਰ ਆ ਕੇ ਵੀ ਅਸੀਂ ਜਿੱਥੇ ਉਹਨਾਂ ਦੀ ਐਂਟਰੀ ਸੀਗੀ ਪਾਕਿਸਤਾਨ ਵਾਲਿਆਂ ਦੀ ਜਿਸ ਗੇਟ ਤੋਂ ਹੁੰਦੀ ਸੀ ਅਸੀਂ ਉਸ ਗੇਟ ਤੇ ਆ ਕੇ ਬਾਹਰ ਅਸੀਂ ਸਕੋਰਟਿਆਂ ਨੂੰ ਪੁੱਛਿਆ ਕਿ ਨਾ ਜਾ ਸਕਦੇ ਬੋਏ ਤੁਸੀਂ ਉੱਥੇ ਕੋਈ ਜਾਏਗਾ ਲਈ ਜਾਂ ਮਿਲੋ ਅਸੀਂ ਉੱਥੇ ਆ ਕੇ ਮਲੇ ਉੱਥੇ ਇੱਕ ਲੱਗੇ ਅਸੀਂ ਆਪਣੇ ਆਪਣੇ ਫੋਟੋਆਂ ਖਿੱਚਣ ਸਾਰੇ ਕੋਈ ਕਿੱਥੋਂ ਆਏ ਹੋਏ ਸੀ ਕੋਈ ਕਿੱਥੋਂ ਆਇਆ ਹੋਇਆ ਸੀਗਾ ਇਹ ਅਸਲ ਕਿ ਵੀ ਸਾਡਾ ਟਾਈਮ ਹੋ ਗਿਆ ਹੁਣ ਚਲਿਏ ਸੀ ਆਪਸ ਚਲਾ ਕੀਤੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਵਾਜ਼ ਮਾਰ ਕੇ ਦਾ ਹੱਥ ਉੱਪਰ ਚੱਕਿਆ ਮੈਂ ਕਿਹਾ ਅੱਛਾ ਵੀ ਪਾਕਿਸਤਾਨ ਵਾਲੋ ਗੁੱਡ ਬਾਏ ਖੁਦਾ হাফেজ ਬਾਏ ਬਾਏ ਟਾਟਾ ਫਿਰ ਮਿਲਾਂਗੇ ਜੀਂਦੇ ਰਹੇ ਮਿਲਾਂਗੇ ਲੱਖ ਵਾਰੀ ਮਰ ਗਏ ਤਾਂ ਦਿਨੋਂ ਭਲਾ ਵੀ ਨਾ ਜਦੋਂ ਮੈਂ ਇਹ ਨਹੀਂ ਗੱਲ ਕਹੀ ਉੱਤੇ ਤੇ ਉਹ ਸਾਰੇ ਬੱਚੇ ਉਥੋਂ ਕਸ਼ਮੀਰ ਆਜ਼ਾਦ ਕਸ਼ਮੀਰ ਤੋਂ ਮੁਜਫਰ ਮੁਜਫਰਾਬਾਦ ਤੋਂ ਆਏ ਹੋ ਸੀਗੇ ਯੰਗ ਬੁਆਏ ਸੀ ਲੜਕੀਆਂ ਸੀਗੀਆਂ ਉਹ ਸਾਡੇ ਕੋਲ ਆ ਕੇ ਕਹਿੰਦੇ ਅੰਕਲ ਇੱਕ ਸੈਲਫੀ ਸੈਲਫੀ ਲੱਤੀ ਉਹਨਾਂ ਨੇ ਸਾਡੇ ਦੋ ਸੈਲਫੀਆਂ ਲੱਤੀਆਂ ਤੇ ਫਿਰ ਅਸੀਂ ਵੀ ਆਪਣੇ ਮੋਬਾਈਲ ਚੁੱਕ ਕੇ ਸਾਨੂੰ ਵੀ ਸਾਡੇ ਮੋਬਾਈਲ ਵਿੱਚ ਵੀ ਲਿਆਓ ਖਿੱਚ ਦੇਓ ਤੁਸੀਂ ਉਹ ਬੱਚੇ ਵੀ ਸਾਨੂੰ ਇੰਨਾ ਪਿਆਰ ਨਾਲ ਮਿਲੇ ਹੋਰ ਵੀ ਉਹਨਾਂ ਨੂੰ ਦੇਖ ਕੇ ਲੜਕੇ ਹੋਰ ਬੱਚੇ ਬਕੀਆਂ ਹੋਰ ਕਿੰਨੇ ਜਿੰਨੇ ਮੈਂਬਰ ਆਏ ਸੀ ਪਾਕਿਸਤਾਨ ਉਹ ਵੀ ਸਾਡੇ ਨੇੜੇ ਆ ਗਏ ਤੇ ਯਾਨੀ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਉੱਥੇ ਕਿ ਸਵਰਗ ਜਿਵੇਂ ਧਰਤੀ ਦੇ ਉੱਤੇ ਉਤਰਿਆ ਹੋਇਆ ਔਰ ਉਤਰਿਆ ਹੀ ਹੈ ਉਸ ਧਰਤੀ ਦੇ ਉੱਤੇ ਇੰਨਾ ਉਸ ਧਰਤੀ ਦੇ ਉੱਤੇ ਵਿੱਚ ਖਿੱਚ ਹੈ ਕਿ ਇੱਕ ਕਸ਼ਿਸ਼ ਹੈ ਪੂਰੀ ਕਿ ਇੰਨੀ ਖੁਸ਼ਬੂ ਹੈ ਇੱਕ ਅਲੱਗ ਹੀ ਖੁਸ਼ਬੂ ਹੈ ਉਸ ਕਰਤਾਰਪੁਰ ਦੀ ਧਰਤੀ ਦੇ ਉੱਤੇ ਔਰ ਇਸ ਤੋਂ ਅਗੇ ਮੈਂ ਹੋਰ ਕੀ ਬਿਆਨ ਕਰਾਂ ਕਿ ਮੈਂ ਦਸ ਜਦੋਂ ਸੇ ਮੇਰੇ ਅੱਖਾਂ ਵਿੱਚ ਉੱਥੋਂ ਆ ਜਾਂਦੇ ਆ ਇੰਨਾ ਪਿਆਰ ਮਿਲਿਆ ਔਰ ਜਦੋਂ ਮੈਂ ਲੁਧਿਆਣਾੇ ਵਾਪਸ ਆਈਆਂ ਸੀ ਉਦੋਂ ਜਿੰਨੂੰ ਵੀ ਮੈਂ ਇਹ ਵਿੱਚ ਦੱਸਦਾ ਹੋਵਾਂਗਾ ਯਾਰ ਅਸੀਂ ਵੀ ਜਾਣਾ ਸੀ ਅਸੀਂ ਵੀ ਜਾਣਾ ਕਰਤਾਰਪੁਰ ਸਾਹਿਬ ਚਲੋ ਫੇਰ ਇਕੱਠੇ ਹੋ ਕੇ ਚੱਲਦੇ ਆਪਾਂ ਯਾਨਕਿ ਇਸ ਤਰ੍ਹਾਂ ਮੈਨੂੰ ਲੱਗੇ ਦੋ ਤਿੰਨ ਦਿਨ ਤੱਕ ਅਗੈ ਦਿਲ ਹੀ ਨਹੀਂ ਲੱਗਿਆ ਇਸ ਤਰ੍ਹਾਂ ਲੱਗਿਆ ਜਿਵੇਂ ਮੈਂ ਬਚਪਨ ਵਿੱਚ ਆਪਣੇ ਨਾਨਕਿਆਂ ਕੋਲ ਆਉਂਦਾ ਹੁੰਦਾ ਸੀਗਾ ਔਰ ਦਿਲ ਨਹੀਂ ਸੀ ਲੱਗਦਾ ਹੁੰਦਾ ਉਹੀ ਹਾਲ ਇਹ ਹੋ ਗਿਆ ਸੀ ਮੇਰਾ ਮੈਂ ਬੋਲ ਨਹੀਂ ਸੀ ਪਾ ਰਿਹਾ ਕਿਸੇ ਨਾਲ ਕਰਦੇ ਸੀ ਤੁਸੀਂ ਆਏ ਹੋ ਤੇ ਤੁਸੀਂ ਚੁੱਪ ਕਰਕੇ ਬੋਲਦੇ ਨਹੀਂ ਹੈਗੇ ਇੰਨਾ ਤੇ ਮੈਂ ਮੇਰਾ ਮੇਰਾ ਦਿਲ ਨਹੀਂ ਲੱਗ ਰਿਹਾ ਉੱਥੋਂ ਆ ਕੇ ਇਹਨੇ ਪਿਆਰੇ ਲੋਕ ਇੰਨਾ ਪਿਆਰ ਕਰਨ ਵਾਲੇ ਇਹ ਨਹੀਂ ਹੋ ਸਕਦਾ ਹੋਰ ਧਰਤੀ ਦੇ ਉੱਤੇ ਸਾਡੇ ਹੀ ਪੰਜਾਬੀ ਭਰਾ ਹੋ ਜਿਹੜੇ ਸਾਡੇ ਹੀ ਪੰਜਾਬ ਇੱਕ ਲਕੀਰ ਖੇਚੀ ਗਈ ਸੀ ਸਾਡੇ ਪੰਜਾਬ ਦੇ ਵਿੱਚ ਵੰਡ ਹੋਈ ਜਦੋਂ 1947 ਵਿੱਚ ਉਹੀ ਲੋਕ ਨੇ ਸਾਡੇ ਹੀ ਕਲਚਰ ਦੇ ਇੱਕੋ ਹੀ ਕਲਚਰ ਹੈ ਇੱਕੋ ਹੀ ਖਾਣਾ ਪੀਣਾ ਉਹ ਬਲਕਿ ਗਾਲਾਂ ਵੀ ਇੱਕੋ ਜਿਹੀਆਂ ਸਾਡੀਆਂ ਬੜਾ ਹੋਤੇ ਹੋ ਬੱਚੇ ਖੁਸ਼ ਹੋਏ ਜਨਮ ਨੂੰ ਸਪੀਡ ਦਿੱਤੀ 5 ਮਿੰਟ ਦੀ ਕਿ ਬੇਟੇ ਆਪਣਾ ਤਾਂ ਗਾਲਾਂ ਵੀ ਇੱਕੋ ਹੀ ਹੈਗੀਆਂ ਆਪਣਾ ਦਾ ਖਾਣਾ ਪੀਣਾ ਕਲਚਰ ਆਪਣਾ ਨੱਚਣਾ ਟੱਪਣਾ ਪੰਗੜੇ ਵਿਆਹ ਸ਼ਾਦੀਆਂ ਦੇ ਉੱਤੇ ਸਾਰਾ ਕੁਝ ਇੱਕੋ ਹੀ ਹੈਗਾ ਬੜੇ ਖੁਸ਼ ਹੋਏ ਬੱਚੇ ਉਹ ਕਹਿੰਦੇ ਸਾਨੂੰ ਬਹੁਤ ਅੱਛਾ ਲੱਗਦਾ ਤੁਹਾਨੂੰ ਮਿਲ ਕੇ ਆਦੀ ਮੈਨੂੰ ਬਹੁਤ ਯਾਰ ਆਉਂਦੀ ਹੈ ਸਲਾਮਾ ਵਾਤੇ ਇਹ ਬੱਚੇ ਆਏ ਉਸਕੇ ਬਹੁਤ ਹੀ ਅੱਛੇ ਬੱਚੇ ਸੀਗੇ ਹੋਰ ਗੱਲਾਂ ਨੂੰ ਸਮਝ ਰਹੇ ਸੀਗੇ ਉਹ ਵੀ ਉਹ ਹੀ ਗੱਲਾਂ ਕਰਦੇ ਸੀ ਜੋ ਅਸੀਂ ਕਰਦੇ ਆ ਕਿ ਆਪਣਾ ਪਿਆਰ ਨਾਲ ਜੀਵਨ ਬਿਤਾ ਰਹੇ ਹਾਂ ਆਪਣੀ ਕੋਈ ਜਿਹੀ ਸਾਡੇ ਕਿੰਨਾ ਪ੍ਰਤਨਿੜੀ ਹੈ ਸਾਡੇ ਦੇਸ਼ਾਂ ਦੇ ਵਿੱਚ ਘਟਦੇ ਲੱਭ ਘਟ ਜਾਵੇ ਅਸੀਂ ਖੋ ਜਗੇ ਪਿਆਰ ਨਾਲ ਜੀਵਨ ਤੇ ਸਾਡੇ ਵੀ ਜੋ ਵੀ ਜਿਹੜਾ ਵੀ ਉਹ ਫੌਜੀ ਫਿਰ ਮਰਦਾ ਜਾਂ ਇਧਰ ਮਰਦਾ ਹੈ ਤਾਂ ਕਿਸੇ ਮਾਤੇ ਪੁੱਤੇ ਨਾਲ ਸਰਦੀ ਮਾਂ ਇਹ ਕੋਈ ਨਾ ਮਾਂ ਸਾਡੀ ਅਸੀਂ ਸਾਡਾ ਕੋਈ ਦਿਨ ਮਰੇ ਉਹ ਵੀ ਮਾਂ ਰੋਂਦੀ ਹੈ ਉਹ ਦਿਨ ਮਰੇ ਉਹਦੀ ਮਾਂ ਰੋਂਦੀ ਹੋਵੇਗੇ ਅਸੀਂ ਕਿਉਂ ਮਾਰੀਏ ਇੱਕ ਦੂਜੇ ਦੇ ਫੌਜੀਆ ਨੂੰ ਜਾਂ ਅਸੀਂ ਹੋਰ ਕਿਸੇ ਦੇ ਇੱਕ ਦੂਜੇ ਦੇ ਇਨਸਾਨਾਂ ਦੀ ਜਾਨ ਕਿਉਂ ਲਈਏ ਕੀ ਉਹਨਾਂ ਨੇ ਸਾਡਾ ਵਿਗਾੜਿਆ ਤੇ ਬੜਾ ਉਹ ਉਹਨਾਂ ਨਾਲ ਗੱਲਾਂ ਮਾਤਾਂ ਵਿਚਾਰ ਪਟਾਂਦਰੇ ਜਦੋਂ ਸਾਡੇ ਹੋਏ ਤੇ ਬੜਾ ਉਹਨਾਂ ਨੇ ਸਾਡੇ ਕਲਚਰ ਨੂੰ ਸਮਝਿਆ ਸਾਡੇ ਲੋਕਾਂ ਨੂੰ ਬਹੁਤ ਅੱਛਾ ਸਮਝਦੇ ਨੇ ਕਹਿੰਦੇ ਇੰਡੀਆ ਲੋਕ ਬਹੁਤ ਅੱਛੇ ਆਂਕਲ ਆਪ ਹਮਾਰੇ ਸੇ ਅੱਛੇ ਹੋ ਮੈਂ ਕਹਿੰਦਾ ਨਹੀਂ ਬਟੇ ਤੁਸੀਂ ਸਾਡੇ ਨਾਲੋਂ ਅੱਛੇ ਹੋ ਤੇ ਇਹ ਦੇਖੋ ਤੁਸੀਂ ਕਿ ਉਹ ਕਿੰਨਾ ਲੋਕ ਸਾਨੂੰ ਕਹਿ ਰਹੇ ਆ ਕਿ ਨਹੀਂ ਇੰਡੀਆ ਦੇ ਲੋਕ ਬਹੁਤ ਅੱਛੇ ਆ ਤੁਸੀਂ ਬਹੁਤ ਅੱਛੇ ਹੋ ਅਸੀਂ ਕਹਿੰਦੇ ਨਹੀਂ ਬੇਟੇ ਤੁਸੀਂ ਬਹੁਤ ਅੱਛੇ ਹੋ ਫਿਰ ਜਦੋਂ ਇਸ ਤਰ੍ਹਾਂ ਗੱਲ ਬਹਿਸ ਹੋਈ ਤੇ ਮੈਂ ਕਹਿੰਦਾ ਨਹੀਂ ਬੇਟੇ ਚਲੋ ਇਦਾਂ ਕਹਿੰਦੇ ਆਪਾਂ ਦੋਨੋਂ ਹੀ ਅੱਛੇ ਆ ਚਲੋ ਆਪਾਂ ਮਿਲਦੇ ਰਹੀਏ ਜਦੋਂ ਵੀ ਟਾਈਮ ਲੱਗੇ ਇੱਕ ਦੂਜੇ ਬਾਰੇ ਅੱਛੇ ਪੋਜੀਟਿਵ ਸੋਚ ਤੁਸੀਂ ਅੱਗੇ ਵਧਾਓ ਇਹਨਾਂ ਫਲਾਉ ਹੋ ਜਿੰਨਾ ਲੋਕਾਂ ਨੂੰ ਤੁਸੀਂ ਜਾ ਕੇ ਦੱਸ ਸਕਦੇ ਹੋ ਅਸੀਂ ਵੀ ਇੰਡੀਆ ਵਿੱਚ ਜਾ ਕੇ ਆਪਣੇ ਲੋਕਾਂ ਨੂੰ ਦੱਸਾਂਗੇ ਉਹਰੇ ਕਹਾਂਗੇ ਜਾ ਕੇ ਦੇਖ ਕੇ ਆਓ ਤੁਸੀਂ ਸੁਣੀ ਸੁਣਾਈ ਗੱਲ ਦੇਣਾ ਯਕੀਨ ਕਰੋ ਕਿ ਉਥੇ ਇਦਾਂ ਹੋ ਗਿਆ ਉਥੇ ਇਦਾਂ ਹੋ ਗਿਆ ਉਹ ਇਸ ਤਰ੍ਹਾਂ ਸੋਚਦੇ ਨੇ ਉਹਦੇ ਉੱਥੇ ਵੀ ਇਸ ਤਰ੍ਹਾਂ ਹੀ ਹੈ ਉਹ ਵੀ ਕਹਿੰਦੇ ਨੇ ਕਿ ਇੰਡੀਆ ਵਾਲੇ ਸਾਡੇ ਬਾਰੇ ਇਦਾਂ ਸੋਚਦੇ ਆ ਗਲਤ ਬੰਦੇ ਵੀ ਹੁੰਦੇ ਆ ਹਰ ਜਗ੍ਹਾ ਹੁੰਦੇ ਨੇ ਗਲਤ ਚੰਗੇ ਬੰਦੇ ਹਰ ਜਗ੍ਹਾ ਹੁੰਦੇ ਨੇ ਕੋਈ ਉਹ ਨਹੀਂ ਹੈ ਗੱਲ ਲੇਕਿਨ ਚੰਗੇ ਬੰਦੇ ਜ਼ਿਆਦਾ ਹੁੰਦੇ ਨੇ ਤੇ ਉਧਰ ਵੀ ਬਹੁਤ ਅੱਛੇ ਲੋਕ ਨੇ ਇਧਰ ਵੀ ਬਹੁਤ ਅੱਛੇ ਲੋਕ ਨੇ ਜਿਹੜੇ ਪਾਕਿਸਤਾਨ ਵਾਲਿਆਂ ਨਾਲ ਬਹੁਤ ਪਿਆਰ ਕਰਦੇ ਆ ਯਾਰ ਨਹੀਂ ਬਹੁਤ ਅੱਛੇ ਲੋਕ ਨੇ ਹੋ ਤੇ ਉਧਰ ਵੀ ਬਹੁਤ ਤਰੀਫ ਹੁੰਦੀ ਹੈ ਸਾਡੇ ਲੋਕਾਂ ਦੀ ਕਿ ਆਹ ਤੁਹਾਡੇ ਬਹੁਤ ਅੱਛਾ ਹੈ ਔਰ ਮੈਂ ਇੱਕ ਹੋਰ ਗੱਲ ਹੈ ਮੇਰੇ ਸਾਡੇ ਲੇਡੀਜ਼ ਜਿਹੜੀ ਉਹਨੇ ਬਿੰਦੀ ਲਗਾਈ ਹੋਈ ਸੀ ਮੱਥੇ ਤੇ ਉਹ ਲੜਕੀਆਂ ਯੂਨੀਵਰਸਿਟੀਆਂ ਕਹਿੰ ਰਹੀਆਂ ਆਂਟੀ ਸਾਡੇ ਬਿੰਦੀ ਬਹੁਤ ਅੱਛੀ ਲੱਗ ਰਹੀ ਹੈ ਬਹੁਤ ਚੰਗੀ ਲੱਗ ਰਹੀ ਹੈ ਬਿੰਦੀ ਦਾਟ ਤੇ ਕੁਦਰਤੀ ਸਾਡੇ ਜਿਹੜੇ ਦਿੱਲੀ ਤੋਂ ਕੁੜਬਣੀ ਆਈ ਹੋਈ ਸੀ ਸਾਡੇ ਭਤੀਜੇ ਦੇ ਸੋਹਰੇ ਆਏ ਹੋਏ ਸੀਗੇ ਉਹਨਾਂ ਦੇ ਪਰਸੇ ਦੇ ਵਿੱਚ ਤਿੰਨ ਚਾਰ ਪੱਤੇ ਬਿੰਦੀਆਂ ਦੇ ਸੀਗੇ ਮੈਂ ਕਹਿੰਦੇ ਬੇਟੇ ਲਓ ਤੁਸੀਂ ਲਓ ਲਗਾਓ ਉਹਨਾਂ ਨੇ ਆਪ ਆਪਣੇ ਉਹਨਾਂ ਲਗਾਈਆਂ ਬਿੰਦੀਆਂ ਤੇ ਬੜਾ ਅੱਛਾ ਲੱਗਿਆ ਉਹਨਾਂ ਇੰਨਾ ਖੁਸ਼ ਹੋਏ ਹੋ ਫਿਰ ਬਿੰਦੀਆਂ ਦੇ ਪੱਤੇ ਵੀ ਉਹਨਾਂ ਨੂੰ ਦੇ ਦਿੱਤੇ ਅਸੀਂ ਕਈ ਕੋਈ ਨੇ ਤੁਸੀ ਲੋ ਇਹ ਲਗਾਓ ਬੇਨਤੀ ਹੋਰ ਵੀ ਦੇ ਦੇਣਾ ਲਗਾ ਜਾ ਕੇ ਕਿਸੇ ਨੂੰ ਵੀ ਤੇ ਅੱਜ ਵੀ ਉਹ ਸਾਨੂੰ ਮੈਸੇਜ ਕਰਕੇ ਯਾਦ ਕਰਦੇ ਆ ਤੇ ਅਸੀਂ ਵੀ ਉਹਨਾਂ ਨੂੰ ਬਹੁਤ ਮਿਸ ਕਰਦੇ ਆ ਬਹੁਤ ਰਸਕੇਨਿਆ ਕਿ ਇਕ ਹੋ ਜਾਈਏ ਅਸੀਂ ਇਕ ਦੂਜੇ ਨਾਲ ਆਈਏ ਜਾਈਏ ਮਿਲੀਏ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਾਮਲ ਹੋਈਏ ਉਹ ਵੀ ਸਾਡੇ ਖੁਸ਼ੀਆਂ ਸ਼ਾਮਲ ਹੋਣ ਕਿਸ ਤਰ੍ਹਾਂ ਦਾ ਦੇਖੋ ਮਾਹੌਲ ਬਣ ਜਾਈਗਾ ਧਰਤੀ ਸਵਰਗ ਬਣ ਜਾਏਗੀ ਜਿਹੜੀ ਅੱਜ ਲੜਾਈ ਝਗੜੇ ਦੇ ਕਾਰਨ ਨਫ਼ਰਤ ਦੇ ਕਾਰਨ ਇੰਨੀ ਨਫ਼ਰਤ ਵੱਧ ਚੁੱਕੀ ਹੈ ਧਰਤੀ ਦੇ ਉੱਤੇ ਕਿ ਪ੍ਰਮਾਤਮਾ ਨੇ ਜਦੋਂ ਇਸ ਧਰਤੀ ਬਣਾਈ ਸੀ ਪਿਛਮੀ ਦੇ ਉੱਤੇ ਤਾਂ ਉਹਨੇ ਤਾਂ ਇਹ ਨਹੀਂ ਸਿੱਕਿਆ ਤੁਹਾਡੇ ਇਹ ਤੇਰਾ ਇਲਾਕਾ ਇਹ ਤੇਰਾ ਇਲਾਕਾ ਹੁਣ ਤਾਂ ਇੱਕੋ ਹੀ ਬਣਾਈ ਸੀ ਅਸੀਂ ਉਹ ਵੰਡਾਂ ਪਾਈਆਂ ਨੇ ਤੇ ਉਹ ਵੰਡਾਂ ਅਸੀਂ ਉਹ ਖਤਮ ਕਰ ਸਕਦੇ ਹਾਂ ਕਿਉਂਕਿ ਜਿਹੜੇ ਬੰਦੇ ਨੇ ਉਹ ਵੰਡ ਪਾਈ ਹੁੰਦੀ ਹੈ ਉਹੀ ਉਹ ਉਹਨੂੰ ਇੱਕ ਕਰ ਸਕਦਾ ਅਸੀਂ ਉਹ ਕਰਨਾ ਮੈਂ ਹੁਣ ਬੱਚਿਆਂ ਨੂੰ ਕਹਿ ਕੇ ਆਵੇਂ ਬੈਠੇ ਤੁਸੀਂ ਨਵੀਂ ਜਨਰੇਸ਼ਨ ਹੋ ਤੁਸੀਂ ਇਸ ਧਰਤੀ ਨੂੰ ਇਹਦਾ ਪਾਸਾ ਪੱਟ ਸਕਦੇ ਹੋ ਇਹ ਨਫਰਤ ਹੈ ਜਿਹੜੀ ਹੈ ਪਿਆਰ 'ਚ ਤੁਸੀਂ ਬਦਲ ਸਕਦੇ ਹੋ ਔਰ ਤੁਹਾਡੇ ਕੋਲ ਬਹੁਤ ਟਾਈਮ ਹੈ ਤੁਹਾਡੇ ਕੋਲ ਊਰਜਾ ਹੈ ਪੂਰੀ ਤੁਸੀਂ ਯੰਗ ਇਹ ਬੜਾ ਉਹਨਾਂ ਨੇ ਵੀ ਕਿਹਾ ਕਿ ਠੀਕ ਹੈ ਅਸੀਂ ਵੀ ਪੋਜੀਟਿਵ ਗੱਲ ਕਰਾਂਗੇ ਜਾ ਕੇ ਅੱਗੇ ਤੇ ਅਸੀਂ ਵੀ ਪੋਜੀਟਿਵ ਗੱਲਾਂ ਕਰਨੀਆਂ ਚਾਹੀਦੀਆਂ ਨੇ ਸਾਨੂੰ ਸਾਰਿਆਂ ਨੂੰ ਤਾਂ ਕਿ ਆਪਾਂ ਕਿਸੇ ਵੇਲੇ ਇੱਕ ਹੋ ਜਾਈਏ ਔਰ ਇਹ ਧਰਤੀ ਆਪਾਂ ਸਵਰਗ ਬਣਾ ਸਕਦੇ ਹਾਂ ਔਰ ਬਣੇਗੀ ਇੱਕ ਦਿਨ ਜੂੜ ਬਣੇਗੀ ਇਹ ਧਰਤੀ ਸਵਰਗ ਬਣੇਗੀ ਠੀਕ ਹੈ ਬਸ ਇੰਨਾ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੀ ਯਾਤਰਾ ਬਾਰੇ ਤੁਸੀਂ ਵੀ ਜਾ ਕੇ ਆਓ ਜਰੂਰ ਕਰਤਾਰਪੁਰ ਸਾਹਿਬ ਪਾਕਿਸਤਾਨ ਔਰ ਦੇਖੋ ਤੁਸੀਂ ਸਾਡੇ ਇੰਡੀਆ ਦੇ ਐਂਬੈਸੀ ਤੋਂ ਲੈ ਕੇ ਤੇ ਉਹਨਾਂ ਦੇ ਐਂਬੈਸੀ ਤੱਕ ਤੁਸੀਂ ਜਦੋਂ ਤੁਹਾਡੇ ਕਾਗੇ ਚੈੱਕ ਹੋਣਗੇ ਹੋਰ ਤੁਸੀਂ ਉੱਥੇ ਲੋਕਾਂ ਨਾਲ ਮਿਲੋਗੇ ਲੰਗਰ ਹਾਲ ਵਿੱਚ ਜਾਓਗੇ ਬਾਜ਼ਾਰ ਵਿੱਚ ਜਾਓਗੇ ਜਿਹੜਾ ਅੰਦਰੇ ਬਾਜ਼ਾਰ ਹੈ ਤੁਸੀਂ ਕਹੋਗੇ ਕਿ ਕੋਈ ਤਾਂ ਇਨਸਾਨ ਮਿਲੇ ਜਿਹੜਾ ਨੈਗੇਟਿਵ ਸੋਚ ਰਹਾ ਹੋਵੇ ਕਿ ਸਾਰੇ ਇਹੀ ਅੱਖਾਂ ਵਿੱਚ ਆਪਣੇ ਹੋ ਲੈ ਕੇ ਆਏ ਨੇ ਇੱਕ ਕਿਸੇ ਨੂੰ ਕੋਈ ਲੱਭ ਜਾਵੇ ਸਾਡਾ ਇੰਡੀਆ ਦਾ ਬੰਦਾ ਤੇ ਇੰਡੀਆ ਵਾਲਾ ਵੀ ਇਹੀ ਕਹਿੰਦੇ ਸਾਨੂੰ ਕੋਈ ਲੱਭ ਜਾਵੇ ਸਾਡਾ ਪਾਕਿਸਤਾਨ ਦਾ ਸਾਥੀ ਕੋਈ ਹੋਰ ਉੱਥੇ ਮਿਲਦੇ ਨੇ ਲੋਕ ਬੜੇ ਰੌਣਕਾਂ ਲੱਗਦੀ ਨੇ ਉੱਤੇ ਤੇ ਤੁਸੀਂ ਵੀ ਜਰੂਰ ਜਾ ਕੇ ਆਓ ਜਰੂਰ ਜਾ ਕੇ ਆਓ ਜਰੂਰ ਜਾ ਕੇ ਆਓ ਸ਼ੁਕਰੀਆ ਖੁਦਾ ਫੇ